دشت میرا گئی تنہا تو وطن یاد آیا پانی پہ نظر پڑی ہر تشنا دہن یاد کدائی علی اکبر دے پیاسے لاؤ علی اکبر علی اصغر امیر قاسم بھرا حسین بادشاہ اون محمد لے کے ہر جی مدینے سے چلی تھی زینب لے کے ہر چیز مدینے سے چلی تھی بی بی بھائی کی لاش پہ آئی تو کفن یا مومن ملادا میں پر چھوڑیا تے سن چھوڑیا پتاؤں بھیڑ کوئے جیڑی آدھی آئی کلا پیا مرید ہے بسم اللہ جیڑی آدھی آئی باغ دی بھیڑ کھڑی سدی نیا میدان نمازی بی بی بیا دیئے سکینہ رو دی کھڑی اینو کتے سماما امہ دا مہمہ لہتا جی بنجنے 61 ہجری جمعہ کربلا تس سید دریا دا کنارا پردے دار بھینی دے دیئے کھڑی ہیں دین لائے گیا آخر داویدہ تلے خنجر نماز پڑھی گئی سنے جہ چادر دا نگران غازی اوہا نیزیان دا ہاں ایک لاش کچھاں وڑ دھی گئی جدان وال آئیے ہاں سکن زخمی تاہی شام غریب جھنکا جھلیستا شام ہو گئی ہے دی سارا لاشا پیوچائیاں ہکے لاش کچھاں وڑ دھی گئی جدو وال آئیے ہاتھو کان زخمی تاہی شام غریب جے مقتل لکھی سائن جعفر الزمان پنج جلدہ وادن شام غریبہ پڑھنا تے تلوار تے ٹرنا برابر ہے اور بازار دربار پڑھنا اور تلوار تے ٹرنا ہر لفظ احتیاط نال پڑھنے پڑھونتا ہے ادھے آپ نو اثر ہوئے سو
ਸੁਣਨ ਤਾਂ ਇੱਥੇ ਜਿਗਰ ਇੱਕ ਦਰਦ ਹੋਵੇ। ਅਸਾਂ ਪਾਕ ਰਸੂਲ ਤੇ ਉਹਦੇ ਘਰਾਨੇ ਦੇ ਨੌਕਰ ਹੈ। ਇਹੋ ਜੀ ਅਸਾਂ ਹੋਰ ਕਈ ਨਹੀਂ ਮੰਨਦੇ, ਇਹ ਹੀ ਸਾਡਾ ਮਜ਼ਹਬ। ਸ਼ਾਹ ਮੇ ਗਰੀਬਾ ਡੱਕੂ ਸਾਹਿਬ ਪੜ੍ਹਦੇ ਹਨ, ਚੱਲਦੀਆਂ ਤਲਵਾਰਾਂ ਰੁਕ ਗਈਆਂ, ਭੱਜਦੇ ਹੋਏ ਘੋੜੇ ਰੁਕ ਗਏ, ਉੱਡਦੀ ਹੋਈਆਂ ਧੂੜਾਂ ਬਹਿ ਗਈਆਂ, ਭੇਣੀ ਦੇ ਮਾਣ ਮੁੱਕ ਗਏ, ਮਾਵਾਂ ਦੀਆਂ ਝੋਲੀਆਂ ਖਾਲੀ। ਦੁਆ ਮੰਗਦਾ ਆਮੀਨ ਅਖੇ ਮੇਰਾ ਅੱਲਾ, ਸ਼ਾਲਾ ਉਸ ਘਰ ਨੂੰ ਡਾਕੂ ਨਾ ਪਵੇ ਜਿਨ੍ਹਾਂ ਦੇ ਮਰਦ ਘਰ ਨਾ ਹੋਵੇ। ਸ਼ਾਲਾ ਉਸ ਘਰ ਨੂੰ ਅੱਗ ਨਾ ਲੱਗੇ ਜਿਨ੍ਹਾਂ ਦੇ ਘਰ ਪਾਣੀ ਨਾ ਹੋਏ। ਚੁੱਕੇ ਮੈਂ ਤਫਸੀਲ, ਮੈਂ ਕਿਤਾਬਾਂ ਸਾਰੀਆਂ ਪੜ੍ਹੀਆਂ, ਮੇਰੇ ਕੋਲ ਪੜ੍ਹੀਂਦਾ ਨਹੀਂ। ਮੈਂ ਇੱਕ ਵਹਿਣ ਕਈ ਲਿਖਿਆ, ਉਸ ਵਹਿਣ ਚ ਮੁਕੰਮਲ ਸ਼ਾਹ ਮੇ ਗਰੀਬਾ ਸੁਣਾਉਣਾ ਚਾਹੁੰਦਾ। ਲੁੱਟ ਲੁੱਟ ਕੇ ਖੇਮੇ ਅੱਲਾ ਰਾਸੀਆਂ ਦੇ, ਬਸ ਥੱਕ ਗਈ ਫੌਜ ਅਰਬ ਦੀ, ਹੋਇਆ ਕਿਆ ਏ ਆਇਆ ਸ਼ਿਮਰ ਅਬਾਸ ਦੀ, ਲਾਸ਼ ਉੱਤੇ ਕਰਕੇ ਤੋਹੀਨ। ਸੁਣਦਾ ਹੈ ਕਰਦਾ ਹੈ ਕਿਹੜੀ ਤੋਹੀਨ? ਸੁਣੇ, ਇੱਕ ਹੱਥ ਵਿੱਚ ਸਰ ਸ਼ਬੀਰ ਦਾ, ਉਹ ਬੈ ਹੱਥ ਚਾਦਰ ਜ਼ੈਨਬ ਦੀ, ਆਦੇ ਖੜੇ ਉੱਠੀ ਦੇਖ ਗਾਜ਼ੀ ਤੇਰੀਆਂ ਭੇਣੀ ਕੋ ਕੋਈ ਅਮਨ ਦੀ ਜਾ ਨਹੀਂ ਲਭਾ। ਬਿਸਮਿਲਲਾ ਬਿਸਮਿਲਲਾ ਆ ਬਾਦਰੋ। ਇੱਕ ਹੱਥ ਵਿੱਚ ਸਰ ਸ਼ਬੀਰ ਦਾ, ਬੇ ਹੱਥ ਚਾਦਰ ਜ਼ੈਨਬ ਦੀ, ਆਦੇ ਉੱਠੀ ਦੇਖ ਗਾਜ਼ੀ ਤੇਰੀਆਂ ਭੇਣੀ ਕੋ ਕੋਈ ਅਮਨ ਦੀ ਜਾ ਨਹੀਂ। ਮਾਲਾ ਤੁਹਾਨੂੰ ਸਲਾਮਤ ਰੱਖੇ, ਵਸਦੇ ਰਹੋ। ਬੇਮਿਸਲ ਬੇਮਿਸਾਲ ਹੈ ਅੱਲਾ, ਉਹਦਾ ਸਾਨੀ ਕੋਈ ਨਹੀਂ, ਸ਼ਰੀਕ ਕੋਈ ਨਹੀਂ। ਕਹਿਣ ਦੱਸਿਆ ਪਾਕ ਮੁਹੰਮਦ ਦੱਸਿਆ, ਉਹਦੀ ਅਹਿਲ ਬੈਤ ਦੱਸਿਆ, ਬਾਕੀ ਨਬੀ ਸਾਡੇ ਨਬੀ ਦੇ ਪਸੀਨੇ ਦੇ ਕਤਰੇ ਚੋਂ ਬਣੇ। ਸਾਡਾ ਨਬੀ ਸਾਰੇ ਨਬੀਆਂ ਦਾ ਸਰਦਾਰ ਹੈ, ਅਨਪੜ੍ਹ ਨਹੀਂ ਮੁਅੱਲਮ ਹੈ, ਮੁਅੱਲਮ ਪੜ੍ਹਾਵਣ ਵਾਲਾ। ਕਦੀ ਮੁਅੱਲਮ ਹੀ ਅਨਪੜ੍ਹ ਹੋਇਆ? ਇੱਥੋਂ ਦੀ ਮਖਲੂਕ ਇਹਨੂੰ ਨਹੀਂ ਪੜ੍ਹਾ ਸਕਦੀ, ਕਿਉਂਕਿ ਅੱਲਾ ਇਹਨੂੰ ਭੇਜੀ ਇਲਮ ਦਾ ਸ਼ਹਿਰ ਬਣਾ ਕੇ। ਸਰਕਾਰ ਨੇ ਫਰਮਾਇਆ ਨਾ ਮਦੀਨਤੁਲ ਇਲਮ ਵਾ ਅਲੀ ਜੁਨ ਬਾਬੂਆ, ਮੈਂ ਇਲਮ ਦਾ ਸ਼ਹਿਰ ਹਾਂ, ਇਹਦਾ ਵੱਡਾ ਸ਼ਹਿਰ ਆ, ਮੇਰਾ ਤਾਂ ਦਰਵਾਜ਼ਾ ਹੀ ਅਲੀ ਹੈ। ਤੋ ਮੇਰਾ ਭਾਈ ਕਬਰ ਆਪਣੀ ਆਪਣੀ, ਕਬਰ ਚ ਆ ਸਕਦੇ ਤੇ ਮਦੀਨੇ ਵਾਲੇ ਸੈਯਦ ਆ ਸਕਦੇ, ਹੋਰ ਨਹੀਂ ਆ ਸਕਦੇ। ਅੱਲਾ ਦੀ ਕਸਮ ਹੈ, ਸਾਹਬਾ ਕਰਾਮ ਦੀ ਅਜ਼ਮਤ ਇੱਜ਼ਤ ਹੈ, ਲੇਕਿਨ ਉਹ ਕਬਰ ਛੁਡਾਵਣ ਨਹੀਂ ਆ ਸਕਦੇ। ਤੋ ਮੈਂ ਅਰਜ਼ ਇਹ ਕਰ ਰਿਹਾ ਕਿ ਆਪਣੀ ਕਬਰ ਵਾਸਤੇ ਆਪ ਹੀ ਇੰਤਜ਼ਾਮ ਕਰ ਲੈ। ਮੈਂ ਕੱਲ ਸੁਣਾਇਆ ਇੱਕ ਵਾਕਿਆ, ਇੱਕ ਬੰਦਾ ਹੀ ਆਸ਼ਿਕ ਮੌਲਾ ਹੁਸੈਨ ਅਲੈਹਿ ਸਲਾਮ ਦਾ, ਉਸ ਚੱਕ ਦੇ ਉੱਤੇ ਬੰਦੇ ਨੂੰ ਆਖਿਆ ਮੌਲਾ ਹੁਸੈਨ ਬਾਦਸ਼ਾਹ ਦੇ ਨਾਂ ਤੇ ਮੰਗਣ ਆਇਓ, ਚੈੱਕ ਲਿਖੋ। ਉਹਨਾਂ ਲਿਖਿਆ, ਉਸ ਡਿੱਠਾ ਹੀ ਨਾ ਦਸਤਖਤ ਕਰ ਛੋੜੇ, ਵਾਹ ਮੇਰਾ ਬਾਦਸ਼ਾਹ ਹੁਸੈਨ ਅਲੈਹਿ ਸਲਾਮ। ਜਦੋਂ ਉਸ ਮੋਮਿਨ ਦੀ ਵਾਰੀ ਆਈ ਕਬਰ ਚ, ਫਰਿਸ਼ਤਿਆਂ ਅਮਾਲ ਨਾਮੇ ਮੌਲਾ ਦੇ ਪੇਸ਼ ਕੀਤੇ, ਮੌਲਾ ਨੇ ਬੈ ਪਾਸੇ ਮੂੰਹ ਕਰਕੇ ਦਸਤਖਤ ਕਰ ਛੋੜੇ। ਬੰਦੇ ਆਖਿਆ ਇਹ ਕਿਆ ਹੈ? ਫਰਿਸ਼ਤੇ ਆਖਿਆ ਮੌਲਾ ਡਿੱਠਾ ਹੀ ਨੇ। ਫਰਮਾਇਆ ਉਹ ਇਸ ਤੇ ਮੇਰਾ ਮਸਲਾ ਹੈ।
ਤੁਸੀਂ ਲੈ ਜਾਓ ਮੇਰੇ ਦਸਤਖਤ ਹੋਣੇ ਜੰਤੀ ਏ ਜੰਨਤ ਦਸਤਖਤ ਮੌਲਾ ਹੁਸੈਨ ਅਲੈਹਿ ਸਲਾਮ ਕਰਦੇ ਕਿਉਂਕਿ ਬੜੀ ਮਹਿੰਗੀ ਖਰੀਦ ਕੇ ਸਸਤੀ ਵੇਚ ਰਹੇ ਤੂੰ ਇੱਥੋਂ ਮੰਨ ਕੇ ਇੱਕ ਹੰਜ ਰੋ ਤਾਂ ਸਹੀ ਮਮ ਬਕਾਓ ਅਲਲ ਹੁਸੈਨ ਓ ਅਬਕਾ ਓ ਤਬਾਕਾ ਵਜਾ ਬਤਲਾ ਹੁਲ ਜੰਨਤ ਜਿਹੜਾ ਹੁਸੈਨ ਦੇ ਗਮ ਵਿੱਚ ਰੋਵੇ ਜਾਂ ਰੋਵਾਏ ਜਾਂ ਛੜੀ ਸ਼ਕਲ ਬਣਾ ਲੈ ਰੋਣ ਵਾਲੀ ਉਹਦੇ ਉੱਤੇ ਜੰਨਤ ਵਾਜਿਬ ਹੋ ਜਾਂਦੀ ਅਜਣ ਤਾਈ ਬੰਦੇ ਮੌਲਾ ਹੁਸੈਨ ਅਲੈਹਿ ਸਲਾਮ ਨੂੰ ਰੋਣ ਦੇ ਉੱਤੇ ਇਤਰਾਜ਼ ਕਰੇਂਦੇ ਨੇ ਕੋਈ ਆਪਣਾ ਮਾਰਵੇ ਨੇ ਉਹ ਢਾਈ ਮਾਰ ਮਾਰ ਕੇ ਰੋਣਾ ਚਲੋ ਸਾਡਾ ਸਬਰ ਹੈ ਸਾਨੂੰ ਪਤਾ ਹੈ ਅਸਾਂ ਸੱਚੇ ਹੈ ਸਾਡੇ ਵਾਰਿਸ ਹੁਣ ਵੀ ਮੌਜੂਦ ਹਨ ਅਸਾਂ ਬੇਵਾਰਿਸ ਨਹੀਂ ਜਿਨ੍ਹਾਂ 14 ਦਾ ਦਰਵਾਜ਼ਾ ਛੋੜੇ ਹੋਏ ਉਹ ਬੇਵਾਰਿਸ ਹਨ ਵਾਰਿਸ 14 ਬੇਮਿਸਾਲ ਬੇਮਿਸਾਲ ਅੱਲਾਹ ਇਹਨੂੰ ਸਜਦਾ ਜ਼ਰੂਰੀ ਹੈ ਕਿਉਂਕਿ ਜਿਨ੍ਹਾਂ ਨੂੰ ਅਸਾਂ ਮੰਨੇ ਉਹ ਸਜਦਾ ਕਰਦੇ ਹਨ ਇਹ 14 ਸਾਡੇ ਰਾਹਬਰ ਇਹ ਖੁਦਾ ਨਹੀਂ ਬਾਕੀ ਇਹ ਸਭ ਕੁਛ ਹਨ ਜੋ ਚਾਹਵੇਂ ਕਰ ਸਕਦੇ ਕੋਈ ਬੰਦਾ ਆਖੇ ਨਾ ਮਾਰਨ ਜਿਵਾਉਣ ਇਹ ਇਹਨਾਂ ਦੇ ਨੌਕਰੀ ਕਰਦੇ ਰਹਿ ਨੌਕਰੀ ਮਦੀਨੇ ਵਾਲੇ ਸਾਹਿਬਾਂ ਦੇ ਬਹਿਲੋਲ ਨੂੰ ਹਾਰੂਨ ਆਖਿਆ ਨਾ ਮਰ ਵੰਜਿਆ ਮੇਰਾ ਰਿਸ਼ਤੇਦਾਰ ਇਹਦੇ ਸ਼ਿਕਾਇਤਾਂ ਕਰਾਈ ਨੇ ਉਸ ਤੇਰਾ ਦਿਲ ਤੇ ਮੋਏ ਪਿਆ ਕੱਪੜਾ ਤਾਣ ਕੇ ਉਹਨਾਂ ਡਿੱਠਾ ਬਈ ਵੇਖੋ ਮਤਾ ਸੱਚੀ ਹੋਵੇ ਜਿਹੜੇ ਉਸ ਦੌਰ ਦੇ ਹਕੀਮ ਆਨੇ ਤਬੀਬ ਉਹਨਾਂ ਆਖੇ ਬਈ ਇਹ ਤਾਂ ਮੋਇਆ ਪਿਆ ਹੁਣ ਹਾਰੂਨ ਆਖਿਆ ਹੈ ਮੈਂ ਨਾ ਖਾਊਂ ਬਾਈ ਇਹ ਤਾਂ ਮੇਰੇ ਬੂਹੇ ਤੇ ਮਰ ਗਿਆ ਸਾਰਾ ਇੰਤਜ਼ਾਮ ਹੀ ਕਰਨਾ ਸਾਰਾ ਸਾਲ ਮੈਨੂੰ ਪੁਣਦਾ ਤੇ ਅੱਜ ਇੰਤਜ਼ਾਮ ਮੈਂ ਕਰਾਂ ਮੇਰੇ ਬੂਹੇ ਤੇ ਮਰ ਗਏ ਉਹ ਕੱਪੜਾ ਹਟਾ ਕੇ ਉੱਠ ਬੈਠੋ ਤਾਂ ਕਹਿੰਦਾ ਚਵਲ ਦੇ ਬੂਹੇ ਤੇ ਕੌਣ ਮਰਦਾ ਹੀ ਮਰਸਾ ਤਾਂ ਅਲੀ ਮੌਲਾ ਦੇ ਬੂਹੇ ਤੇ ਬਿਸਮਿਲਾ ਇਹ ਕੰਮ ਬਿਸਮਿਲਾ ਅਲੀ ਅੱਛਾ ਇਸ ਸੂਰਜ ਨੂੰ ਤਾਂ ਇਹਨਾਂ ਦੇ ਮੰਨਣ ਵਾਲੇ ਲੰਮੀ ਨਹੀਂ ਹੋਈ ਮੈਂ ਕਸੀਦਾ ਪੜੂ ਇਹਨਾਂ ਮੈਨੂੰ ਜਾਣ ਕੇ ਟਾਈਮ ਦਿੱਤਾ ਹੀ ਥੋੜਾ ਉਹ ਦੁਸ਼ਮਣ ਦੇ ਦਰਬਾਰ ਸਾਈਆਂ ਦੇ ਨੌਕਰ ਆਖਿਆ ਨਹੀਂ ਉਹ ਰੁਕਾ ਰਿਹਾ ਇਹ ਬਾਂਗਾਂ ਦੇਵਣ ਵਾਸਤੇ ਇਹ ਹੱਥ ਚਾਹੀ ਖਲੋ ਤੈਨੂੰ ਦੇ ਵੀ ਇਹ ਬਾਂਗ ਨਾਲ ਲੈ ਕੇ ਉਹ ਲਾਣ ਤੇ ਦੇ ਸੂਰਜ ਵਜਾ ਨਹੀਂ ਲੱਥਾ ਹੋ ਸਕਿਆ ਉਥਾ ਹੀ ਖਲੋਤਾ ਹੀ ਜਿੱਥੇ ਹਾਂ ਹਲਦਾ ਨਹੀਂ ਪਿਆ ਕਿਦਾ ਮਲੰਗ ਦਾ ਹੱਥ ਪਾ ਗਿਆ ਜਿਹੜਾ ਸਹਾਬੀ ਪਾਕ ਰਸੂਲ ਦਾ ਦਿਲੋਂ ਇਹਤਰਾਮ ਕਰਦਾ ਹੈ ਉਹ ਅਜ਼ਾਨ ਨਾ ਦੇਵੇ ਤਾਂ ਅੱਲਾ ਕਾਇਨਾਤ ਦਾ ਨਿਜ਼ਾਮ ਜਾਮ ਕਰ ਦਿੰਦਾ ਹੈ ਬੰਦਿਆਂ ਨੂੰ ਪਤਾ ਹੀ ਹੈ ਤਕਰੀਰਾਂ ਤੁਸੀਂ ਸੁਣਦੇ ਰਹਿੰਦੇ ਹੋ ਅੱਜ ਕੱਲ੍ਹ ਤਾਂ ਮੋਬਾਈਲ ਹਰ ਕਿਸੇ ਦੀ ਜੇਬ ਵਿੱਚ ਚੱਲ ਬਈ ਉਹਨਾਂ ਦੱਸੇ ਬਈ ਨਬੀ ਦੇ ਨਾਲ ਕੁਝ ਬੰਦੇ ਹਨ ਤੇ ਮੁਨਾਫਿਕ ਆ ਉਹ ਦੱਸਿਆ ਨਹੀਂ ਬੈਠਾ ਉਹ ਅਸਾਂ ਨੇ ਮਰੋ ਉਹ ਵਿੱਚ ਮੁਨਾਫਿਕ ਤਾਂ ਕੱਢੋ ਸਾਰਿਆਂ ਨੂੰ ਮੰਨੀ ਪੈਂਦੇ ਹੋ ਐ ਰੋਲਾ ਸਾਡਾ ਹੋਰ ਰੋਲਾ ਹੈ ਹੀ ਕੋਈ ਨਹੀਂ ਅਸਾਂ ਇਹ ਭਿਰਾ ਭਿਰਾ ਹੈ ਮੁਸਲਮਾਨ ਹੈ ਪਾਕ ਰਸੂਲ ਦਾ ਕਲਮਾ ਪੜ੍ਹਦੇ ਇੱਕੋ ਵਤਨ ਇੱਕੋ ਮੁਲਕ ਸ਼ੀਆ ਸੁਨੀ ਅਸਾਂ ਭਾਈ ਭਾਈ ਹੈ ਸਿਰਫ ਸਾਡੀ ਇਹ ਅਪੀਲ ਹੈ ਵਿੱਚ ਖਿਆਲ ਕਰੋ ਮਤਾ ਕਈ ਮੁਨਾਫਿਕ ਨੂੰ ਮੰਨੀ ਵਧੇ ਹੋ ਮੌਲਵੀ ਯਾਦਾ ਨਹੀਂ ਬੈਠਾ ਉਹ ਮਿਰਜ਼ਾ ਮੁਹੰਮਦ ਅਲੀ ਉਹ ਇੰਜੀਨੀਅਰ ਸਾ ਵੀ ਫਲਾਂ ਸਾਹਿਬ ਹੀ ਦੱਸਿਆ ਵੀ ਮੈਨੂੰ ਦੱਸਿਆ ਨੇ ਵੀ ਸਾਡੇ ਨਾਲ ਨਾਲ 12 ਮੁਨਾਫਿਕ ਵਧੇ ਉਹ ਸੁਣੀ ਸ਼ੀਆ ਤਾਂ ਨਹੀਂ ਹਰ ਸ਼ਾਇ ਹੁੰਦਿਆਂ ਵਤ ਆਖਣਾ ਬਈ ਐ ਵੀ ਉਸ ਕੀਤਾ ਤੇ ਐ ਵੀ ਉਸ ਕੀਤਾ ਤੇ ਐ ਵੀ ਉਸ ਕੀਤਾ ਤੇ ਵਤ ਪਰੂ ਅੱਗੇ ਵਲੇਟੀ ਮਾਰ ਕੇ ਇਹ ਤਾਂ ਬਈ ਸਾਡੇ ਸੇ ਸ਼ਾਲਾ ਨਸੀਬ ਹੋ ਵੀ ਬਈ ਜਿਹੜਾ ਸਾਈਆਂ ਦਾ ਦੁਸ਼ਮਣ ਹੈ ਅਸਾਂ ਉਹਨੂੰ ਕੋਈ ਨਹੀਂ ਸਮਝਦੇ ਜਿਹੜਾ ਪਾਕ ਰਸੂਲ ਤੇ ਉਹਦੇ ਘਰਾਂ ਨੇ ਉਹਦੀ ਅਹਿਲ ਬੈਤ ਦਾ ਦੁਸ਼ਮਣ ਹੈ ਹਜ਼ਰਤ ਮੈਂ ਉਹਨੂੰ ਕੋਈ ਨਹੀਂ ਮੰਨਦਾ ਸਾਡੇ ਕੋਲ ਓਲੇ ਨਹੀਂ ਆਉਂਦੇ
جڑا نبی دا مخالف ہے میں اون دے تے لعنت کردا، جڑا پاک محمد دا تابعدار ہے میں اون دا نہ کراں، بھاویں او کش ہے سید نہیں ہور کش ہے میں اون دا ہی تابعدار ہاں۔ تے نبی نال مخالفت پر مرے کعبہ اللہ دا گھر، اُدے منہ نہ کریے نماز نہیں ہوندی، کیا سمجھے دنیا مولا علی نو، آقا علی علیہ السلام آقا محمد مصطفیٰ دا غلام سڑے دین، جندے غلام دی اے طاقت تے عظمت ہوئے پتہ نہیں سردار دی عظمت کیا ہو سی۔ ایک دن پاک رسول نے جناب بلال نو کعبے دی اُتے چھت چڑھا کے آکے ہون اذان دے، اس کے سائی پر آتے ہوندے آسے تے کعبے والے پاسے منہ کریں دے آسے، ہون میں چھت کھلو تا ہون منہ کدے کراں، فرمایا ادائی منہ کر جی دے میرا بھرا علی ہوئے، پتہ نہیں کیا ہے مولا علی۔ اچھا ہائی تھے اسا ترائے زاکر کٹھے آسے، علی رضا شاہ میرا پیارا بھائی داؤد خیل والا بھائی سخاوت شاہ تے میں آغا علی حسین بھی ہیں، لیکن اتھے گروپ بن ویندے نا وکری وکری، اے اسا رلے ٹر دیا سے چونکہ اتھے جڑے میرے دوست ہیں او میرے کان وکری گڈیاں لے کے آ گئے، بھائی اے بس ساتے ونجن اسا تینوں گڈی اپنی تے لے ونجن، میں کہ کلا تا روندا ہی کوڑا لگ دے، اے دو میرے نال ہو سن میں تا اسا ترے دا سیٹ بنے۔ او وقت بھائی علی رضا بڑا نفیس ہے تن پتا جان دیو داؤد خیل والا، اس آخیا بھائی مشتاق یہ حجرے اسود نو بوسا کیوں نہیں سایا، تو ویخ نا بندے لڑ دین اتنے ٹنگی ہوئی سے، میں فکر نہ کر میں نو سائیاں او طاقت دیتی ہے میں قبضہ کر لے سا حجرے اسود، ویکھ میں ادھر کمزور نہیں انج بندے ویکھ کے بھول دین، ایتھے مولا علی وسدا، مولا گواہ ہے میں یا علی کر کے ایک ہاتھ حجر اسود سجے ہے کھبے تے انو آکھے ایتھو آنا ہن راج کے چوم، جتنا علی رضا داؤد خیل والے حجر اسود نو بوسے دیتے اتنے کہیں نہ دیتے، اسے میں نہیں تھوڑے دیتے چونکہ میں انہاں نو آدھا رہا، میں پیچھے جا رش اتنا ہائی جو ساڑے کافلے دی ایک بی بی جڑی آئی نا او ان جی میں کیا دسا معلوم دائی دسا موک دین او کافلے والے جی دے پھیرے نا او ان پھیرے والی، میں کہا بھائی یہ بھی جنازہ چاونا پوسی یا علی کر کے انہوں اتھو ہوئی چکا کر کے باہر چھوڑ کے اللہ کی تک زندہ ہو گئے جی پہ کعبہ، میں او غلاف چایا کالا غلاف، او جی تمہیں کا ویڈیو بھیرنے ہیں بھائی او اتھو لگی ہوئی ہیں، یہ باقی سارے صرف رکن یمانی یہ یمانہ لے پاس ہے نا دیوار تا چم دے ہیں اسا چم دیا سے بھی اے او جائے جتو علی شہن شادی اممہ واسدے دیوار پھٹ گئی جائے، عقید ایمان بڑا فرق ہوندہ ہے، بس او کالا چٹا دو میں چال ہے بھائی علی رضا تلے گئے نہیں، میں کہ ہون تو بیک او جا کہا بھائی یا نشانی آجا کھلوتی یا نہیں، کتنی دفعہ کعبہ بن گئے لیکن او نشانی وقت اتھ دیوار مسکرا پاؤں دیئے، میرا دل آدھا ہے میں تو ان قصیدہ نہ سنائیں، جین دے لئی کعبہ تیار او قسم رب دی علی سردار، قسم رب دی علی سردار، جین دے لئی کعبہ ہویا تیار او قسم رب دی علی سردار، قسم رب دی علی سرکار، جین دلی کعبہ ہویا تیار، اچھا سنے قسم رب دی علی سرکار، جین بنایا کعبہ نو گھر بار، قسم رب دی علی سرکار، قسم رب دی علی سرکار، قسم رب دی علی سرکار۔ کچھ بندے آدھن اتفاق ہویا
ਤੇ ਅਲੀ ਸ਼ਹਿਨਸ਼ਾਹ ਦੀ ਅੰਮਾ ਤਵਾਫ ਦੀ ਕਰਦੀ ਗਈ ਤੇ ਦੀਵਾਰ ਫਟ ਗਈ ਤੇ ਬੀਬੀ ਅੰਦਰ ਲੱਗ ਗਏ। ਚਾਬੀ ਵੀ ਇਹਨਾਂ ਦੇ ਘਰ ਪਈ ਆ। ਬਿਸਮਿਲਾ, ਚਾਬੀ ਇਹਨਾਂ ਦੇ ਘਰ ਹੁੰਦੀ ਆਈ ਜੀ। ਏਡਾ ਸ਼ੌਕ ਆਈ ਤਾਂ ਆਪ ਤਾਲਾ ਖੋਲ ਕੇ ਅੰਦਰ ਲੱਗ ਵਜੇ ਨਾ, ਚਾਬੀ ਦੇ ਮਾਲਕ ਜੀ ਹੋਏ ਹਨ। ਲੇਕਿਨ ਅੱਲਾ ਚਾਹੁੰਦਾ ਹੀ ਮੁਕਰੂਆਂ ਦੇ ਸਿਰ ਬਹਿ ਜਾਵੇ, ਕਿਉਂਕਿ ਅੱਲਾ ਜਾਣਦਾ ਅਲੀ ਮੌਲਾ ਦੇ ਦੁਸ਼ਮਣ ਕਿਤਨੇ। ਜਿਤਨੇ ਹਰਾਮੀ ਹਨ ਉਹ ਮੌਲਾ ਅਲੀ ਦੇ ਦੁਸ਼ਮਣ ਹਨ, ਕਿਉਂਕਿ ਪਾਕ ਰਸੂਲ ਨੇ ਫਰਮਾਏ ਮੇਰੇ ਬਿਹਰਾ ਅਲੀ ਅਲੈਹ ਸਲਾਮ ਨੂੰ ਸਿਰਫ ਹਲਾਲ ਹੀ ਮੰਨੇ ਸੀ, ਹਰਾਮੀ ਤਾਂ ਨੇੜੇ ਲੰਘਣਾ ਹੀ ਨਹੀਂ। ਜਿਵੇਂ ਅਸਾਂ ਅਲੀ ਅਲੀ ਕਰੇ ਨੇ ਸਾਨੂੰ ਸਕੂਨ ਮਿਲਦਾ ਹੈ, ਇੰਨੇ ਯਾਰ ਉਹਨਾਂ ਨੂੰ ਹੀ ਸਕੂਨ ਮਿਲਦਾ ਹੈ ਰੋਕ ਕੇ ਪਹਿਲਿਆਂ ਨੂੰ। ਜੀ ਆ ਵਸਦੇ ਰਹੇ ਨੇ ਮੇਰੇ ਭਰਾ, ਬੜੇ ਤਾਕਤਵਰ ਨੇ, ਜਿਨ੍ਹਾਂ ਮੁਸ਼ਤਾਕ ਸ਼ਾਹ ਦੀ ਜ਼ੁਬਾਨ ਤੇ ਤਾਲਾ ਲਾਇਆ, ਬਹੁਤ ਤਾਕਤਵਰ ਨੇ ਚੁਚਕਾਣੇ ਭਰਾ ਮੇਰੇ। ਵਰਨਾ ਅੱਲਾ ਗਵਾਹ ਹੈ, ਪਤਾ ਨਹੀਂ ਕਿਆ ਹੈ ਮੁਸ਼ਤਾਕ ਸ਼ਾਹ। ਹਾਂ, ਸ਼ੇਰ ਪਿਆ ਪੜਦਾ, ਏਡਾ ਵੱਡਾ ਸ਼ੇਰ, ਹੈਰਾਨ ਕਰਦੇ ਸਾਂ। ਅੱਛਾ, ਇਤਫਾਕ ਹੋਇਆ ਹੈ, ਅਲੀ ਦੀ ਅੰਮਾ ਕਾਬੇ ਕੋਲ ਆਈ, ਉਦ ਦੀਵਾਰ ਫੱਟੀ। ਤੂੰ ਬੰਦਾ ਗੱਭਰੂ ਹੋਵੇਂ ਤੇ ਉੱਥ ਦੀਵਾਰ ਫੱਟਦੀ ਹੈ ਤੇ ਤੈਨੂੰ ਆਨੇ ਅੰਦਰ ਵੜ, ਤੂੰ ਆਖਣਾ ਤਾਂ ਡਾਂਦਾ ਪਿਆ ਕਿਉਂ ਅੰਦਰ ਵੜਾ, ਮੈਨੂੰ ਜਿੰਦ ਉੱਤੋਂ ਆਈਏ। ਪਰ ਮਲਸੇ ਉੱਥੇ ਦੀਵਾਰ ਫੱਟੀ ਹੈ, ਬੀਬੀ ਅੰਦਰ ਗਏ, ਤੂੰ ਮਸਲਾ ਤਾਂ ਦੱਸ, ਜੇ ਤੈਨੂੰ ਸਮਝ ਨਾ ਆਵੇ ਤਾਂ ਮੇਰੇ ਕੋਲ ਸੁਣ। ਜੇ ਨਮਾ ਹੈ ਦਰਦ ਕਾਬੇ ਆਵੇ ਹਾ, ਕਾਬਾ ਘਰ ਇਮਰਾਨ ਦੇ ਟੁਰ ਜਾਵੇ ਹਾ। ਬਿਸਮਿਲ੍ਲਾ, ਆ ਬਾਦਰੋ, ਆ ਬਾਦਰੋ, ਯਾ ਅਲੀ, ਯਾ ਅਲੀ, ਯਾ ਅਲੀ, ਯਾ ਅਲੀ, ਯਾ ਅਲੀ, ਯਾ ਅਲੀ, ਆਬਾਦਰੋ, ਯਾ ਅਲੀ, ਯਾ ਅਲੀ। ਜੇ ਨਮਾ ਦਰਦ ਕਾਬੇ ਆਵੇ ਹਾ, ਕਾਬਾ ਘਰ ਇਮਰਾਨ ਦੇ ਟੁਰ ਜਾਵੇ ਹਾ। ਫਟ ਗਈ ਦੀਵਾਰ, ਓ ਕਸਮ ਰੱਬ ਦੀ ਅਲੀ ਸਰਕਾਰ, ਓ ਕਸਮ ਰੱਬ ਦੀ ਅਲੀ ਸਰਕਾਰ। ਵਾਹ ਵਾਹ, ਸਿਰਫ ਹੈ ਜੀ ਆ, ਮੈਂ ਹੁਣੇ ਵਾ ਠੀਕ ਹੋ ਗਈ ਸਰ, ਆ ਦਿਨ ਥੱਕੇ ਪੜਦੇ ਮੈਂ ਜ਼ਿਆਰਾ ਤਰਿਆ ਤੇ ਅਜਣ ਤਾਈਂ ਤੇ ਮੈਂ ਹੁਣ ਕਾਬੂ ਪਕਾਈਂਦਾ ਪਿਆ ਜੋ ਪੜ੍ਹਨਾ ਕਿਵੇਂ। ਮੈਂ ਵਤ ਉਦੇ ਵਜੀ ਵੇ ਤਾਂ ਬੰਦੇ ਨੂੰ ਹਿੱਕ ਨਾਲ ਹਿੱਕ ਹੋਣਾ ਪਾਉਂਦਾ, ਹਰ ਸ਼ਾਇਦ ਭੁੱਲ ਭੱਲ ਗਈ। ਹਾਂ, ਉੱਥੇ ਜੇ ਸਾਈਆਂ ਦੇ ਹਰਾਂ ਵਿੱਚ ਵਧੋ ਹੋਏ ਬੰਦਾ, ਆ ਸਾਨੂੰ ਤਾਂ ਮੰਗਣ ਦਾ ਹੋਸ਼ ਹੀ ਨਹੀਂ ਰਿਹਾ, ਜੋ ਇੱਥੇ ਮੈਂ ਮੰਗਾਂ ਕਿਹੜੀ ਸ਼ਾਇਦ। ਵਤ ਜ਼ਿਹਨ ਬਣੇ ਆਏ ਮੰਗਣਾ, ਵਤ ਕਰਨਾ ਛੋੜ ਮੁਸ਼ਤਾਕ ਸ਼ਾਹ, ਇਹਦੀ ਛੋਟੀ ਸ਼ਾਇ ਮੰਗਣਾ, ਮੈਨੂੰ ਕਾਸ਼ਾ ਵੱਡੀ ਲੱਭੀ ਨਹੀਂ ਜਿਹੜੀ ਮੈਂ ਮੰਗ ਲਵਾਂ। ਯਾ ਉਹਦੇ ਵੰਜੀ ਵੇ ਤਾਂ ਇੰਝ ਹੁੰਦੇ, ਕਦੀ ਵੰਜ ਕੇ ਵੀ ਖਿਆ ਹੈ ਸੁਭਾਨ ਅੱਲਾ, ਹੁਣੇ ਆਵਾਜ਼ ਠੀਕ ਹੋਵੇ ਸੀ, ਅਜਣ ਤਾਂ ਇੱਕ ਕੱਲ ਪੜ੍ਹੀਏ ਤੇ ਦੂਜੀ ਅੱਜ ਪੇ ਪੜ੍ਹਦਾ। ਇਹਨਾਂ ਵਾਸਤੇ ਮੈਂ ਜ਼ਵਾਰੀ ਦੇ ਵਿੱਚੋਂ ਬਾਕੀ ਕਾਫਲਾ ਉਦਾ ਹੀ ਮੈਂ ਆਇਆ ਖਲੋਤਾ, ਮੈਂ ਦੱਸਣਾ ਚੁਚਕਾਣਿਆਂ ਨੂੰ ਇੰਝ ਹੁੰਦੇ ਨੀ ਬਿਰਾ। ਇੱਕ ਬੰਦੇ ਕੱਲ ਹੀ ਆਖਿਆ ਥੱਕੋ ਆ, ਇੱਕ ਅੱਜ ਵੀ ਆਦਾ ਪਿਆ, ਇਹਨੂੰ ਆਦਾ ਹੀ ਮੁਸ਼ਤਾਕ ਸ਼ਾਹ। ਖਰੀਆਂ ਗੱਲਾਂ ਇਹਨ ਡੰਕੇ ਤੇ ਚੋਟ ਤੇ ਕਰ ਛੋੜਨੀਆਂ ਜਿਤਨੇ ਤਾਈਂ ਦਮ ਵਿੱਚ ਦਮ ਹੈ। ਇੱਕ ਸਲਵਾਰ ਪੜੋ ਬੁਲੰਦ ਆਵਾਜ਼ ਦੇ ਨਾਲ, ਮੌਲਾ ਅਲੀ ਅਲੈਹ ਸਲਾਮ ਕਾਬੇ ਦੇ ਸੈਂਟਰ ਵਿੱਚ ਆਏ,
ਉਦੋਂ ਤਾਲਾ ਲੱਗੋ ਆ, ਇਦੋਂ ਦੁਆ ਦੀਵਾਰ ਬੰਦ ਹੋ ਗਈ, ਬਾਹਰੋਂ ਬੰਦੇ ਭਜਦੇ ਵਦਨ, ਹਾਂ ਕੀਤੇ ਹੋ ਕੇ ਗਿਆ, ਹਾਂ ਕੀਤੇ ਹੋ ਕੇ ਗਿਆ, ਇਹ ਕੀ ਹੈ ਹੋ ਕੇ ਗਿਆ। ਜਿਨ੍ਹਾਂ ਦੇ ਘਰੋਂ ਪਰਦੇਦਾਰ ਟੁਰੇ ਹਨ, ਅੱਲਾਹ ਕਿਦਾਂ ਹੀ ਗੱਲ ਉਹਨਾਂ ਦੇ ਨਾਲ ਹੀ ਕੀਤੀ ਆਈ ਆਈ, ਉਹਨਾਂ ਨੂੰ ਹੀ ਕੋਈ ਖੌਫ ਨਹੀਂ। ਇੱਕ ਲਾਜ਼ਾ ਘਰ ਦਾ ਪਰਦੇਦਾਰ ਅੱਖੀ ਤੋਂ ਉੱਡਰੋ ਵਜੇ ਕਿਆ ਬਣਦੀ। ਇੱਥੇ ਤਰੇ ਦਿਹਾੜੇ ਬੀਬੀ ਅੰਦਰ ਪਾਕ ਰਸੂਲ ਆਏ ਤਾਂ ਵੱਧ ਦੀਵਾਰ ਖੁੱਲ ਗਈ। ਆਕਾ ਨੇ ਆ ਕੇ ਭੇਰਾ ਨੂੰ ਚਾਇਆ, ਲਾਹਮੋ ਕਾ ਲਾਹਮੀ, ਦਮੋ ਕਾ ਦਮੀ, ਜਿਸਮੋ ਕਾ ਜਿਸਮੀ, ਰੂਹੋ ਕਾ ਰੂਹੀ। ਉਹ ਬੱਚਿਆਂ ਦੇ ਨਕਸ਼ ਤੁਸੀਂ ਸਰ ਲੈਂਦੇ ਨਾ, ਇਦੂ ਦੀ ਗੱਲ ਛੋੜੋ। ਇਹ ਉਸ ਵੇਲੇ ਹੈ ਜਦਾਂ ਸਾਡਾ ਬਾਬਾ ਆਦਮ ਹੀ ਕੋਈ ਨਹੀਂ ਬਣਿਆ। ਉਹ ਤੂੰ ਤੇ ਮੈਂ ਤਸ਼ੀ ਹੈ ਸੁਨੀ ਮੌਲਵੀ ਪਿਆ ਦੇ, ਇਹ ਆਦਮ ਦੇ ਮੁਹਤਾਜ ਨਹੀਂ, ਆਦਮ ਇਹਨਾਂ ਦਾ ਮੁਹਤਾਜ ਹੈ। ਇਹ ਪਹਿਲੇ 14,000 ਸਾਲ ਪਹਿਲੇ ਇਹ ਹਨ। ਅਸਾਦਰ ਲੇਖਾ ਥੋੜ੍ਹਾ ਜਿਹਾ ਲੰਮਾ ਹੈ, ਉਹ 14,000 ਸਾਲ ਤੋਂ ਉਹੀ ਪਿਆਦੇ ਜੋ ਪਹਿਲੇ ਹਨ, ਅੱਲਾਹ ਦੀ ਤਸਬੀਹ ਕਰਦੇ ਹਨ। ਪਾਕ ਮੁਹੰਮਦ ਔਰ ਮੌਲਾ ਅਲੀ ਦਾ ਨੂਰ ਇਹ ਤਸਬੀਹ ਕਰਦਾ ਹੀ। ਸੁਨੀ ਮੌਲਵੀ ਪਿਆਦਾ ਇੱਥੇ ਲਿਖਿਆ ਪਿਆ, ਇੱਥੇ ਲਿਖਿਆ ਪਿਆ। ਬਹਰਹਾਲ ਆਕਾ ਮੁਹੰਮਦ ਮੁਸਤਫਾ ਲਹਮੋ ਕਲਾਮੀ ਫਰਮਾ ਰਹੇ, ਤੇਰਾ ਖੂਨ ਮੇਰਾ ਖੂਨ, ਤੇਰਾ ਗੋਸ਼ਤ ਮੇਰਾ ਖੂਨ, ਤੇਰੀ ਜਿੰਦ ਮੇਰੀ ਜਿੰਦ, ਮੇਰੀ ਜਿੰਦ ਤੇਰੀ ਜਿੰਦ, ਇਹ ਫਰਮਾ ਰਹੇ। ਫੌਰਨ ਜਬਰੀਲ ਆ ਗਿਆ, ਅੱਲਾ ਪਿਆਦੇ ਤੂੰ ਸੱਚਾ ਹੈ, ਤੂੰ ਵੀ ਸੱਚ ਪਿਆਦੇ, ਲੇਕਿਨ ਆਇਆ ਮੇਰੇ ਘਰ ਚਿਹਰਾ ਵੇਖ ਨਾ ਵਜ ਹੁੱਲਾ ਨਹੀਂ, ਅੱਖਾਂ ਵੇਖ ਹੈ ਨੁੱਲਾ, ਹੱਥ ਵੇਖ ਜਦੁੱਲਾ। ਵਾਹ ਵਾਹ ਬਤ ਪਾਕ ਮੁਹੰਮਦ ਨੇ ਮੇਰਾ ਨੂੰ ਹਾਂ ਦੇ ਨਾਲ ਲਾਏ। ਫਰਮਿੰਦਨ ਜਾ ਅਲੀ, ਤੇਰੀ ਅੰਮੀ ਦੱਸੇ ਰੁਨਾ ਹੀ ਕੋਈ ਨੂੰ, ਬਾਲ ਜੰਮਣ ਤਾਂ ਰੋਂਦੇ ਨ। ਫਰਮਾਇਆ ਆਕਾ, ਅੰਮਾ ਪਰੇਸ਼ਾਨ ਹੋਵੇ ਤਾਂ ਹੋਵੇ, ਤੂੰ ਸਦਾ ਨਾ ਕਹੋ ਮੈਂ ਕੋਈ ਬਾਲ ਹਾਂ। ਬੱਚੇ ਰੋਂਦੇ ਨੇ, ਬੱਚੇ ਰੋਂਦੇ ਨੇ, ਮੈਂ ਅਲੀ ਹਾਂ, ਖੀਰ ਨੂੰ ਪੀਤਾ ਜੀ ਗਵਾਹ ਤੁਹਾਡੀ ਰਿਸਾਲਤ ਦਾ, ਤੇ ਖਰਚਾ ਘਰੋਂ ਕਰਾਂ। ਜ਼ਬਾਨ ਚੁਸਾਈ ਆਕਾ ਨੇ, ਪਹਿਲੀ ਗਿਜ਼ਾ ਪਾਕ ਮੁਹੰਮਦ ਦੀ ਜ਼ੁਬਾਨ ਚੂਸੀ ਹੈ ਮੌਲਾ ਅਲੀ ਅਲੈਹਿਸ ਸਲਾਮ। ਪਾਕ ਮੁਹੰਮਦ ਮੂੰਹ ਚੁੰਮਕੇ ਫਰਮਾਇੰਦੇ ਨੇ, ਯਾ ਅਲੀ ਬੋਲ, ਕੁਛ ਸੁਣਾ। ਕੁਰਾਨ ਅਜੇ ਨਾਜ਼ਿਲ ਹੀ ਨਹੀਂ ਹੋਇਆ। ਮੌਲਾ ਨੇ ਫਰਮਾਇਆ, ਸੁਣਾਵਾਂ ਤੌਰਾਤ ਅੰਜੀਲ ਜ਼ਬੂਰ ਕੁਰਾਨ, ਕਿਆ ਸੁਣਾਵਾ? ਤੂੰ ਮੌਲਾ ਅਲੀ ਬੋਲੇ, ਉਹ ਮੰਜ਼ਰ ਕਸ਼ੀ ਕਰਨਾ ਚਾਹੁੰਦਾ। ਮੌਲਾ ਬੋਲੇ ਤਾਂ ਅਰਸ਼ ਫਰਸ਼ ਤੇ ਹੋਇਆ ਕਿਆ, ਤੇ ਮੌਲਾ ਕਿਹੜੀ ਗੱਲ ਆਖੀ ਬਈ? ਲਾਉ ਤੇ ਕੁਰਾਨ ਰੱਬ ਦਾ ਖਿਲ ਗਿਆ, ਨੁਕਤਾ ਬਿਸਮਿਲ੍ਲਾ ਨੂੰ ਆਪਣਾ ਮਿਲ ਗਿਆ। ਬਿਸਮਿਲ੍ਲਾ, ਬਿਸਮਿਲ੍ਲਾ, ਫਿਰ ਸੁਣਾ ਬਈ। ਲਾਉ ਤੇ ਕੁਰਾਨ ਰੱਬ ਦਾ ਖਿਲ ਗਿਆ, ਨੁਕਤਾ ਬਿਸਮਿਲ੍ਲਾ ਨੂੰ ਆਪਣਾ ਮਿਲ ਗਿਆ। ਪੜ੍ਹੀਆ ਫੌਰ ਜੈ ਕਿਤਾਬਾਂ ਚਾਰ, ਓ ਫਕਤ ਰੱਬ ਦੀ ਅਲੀ ਸਰਦਾਰ, ਓ ਕਸਮ ਰੱਬ ਦੀ ਅਲੀ ਸਰਕਾਰ। ਅੱਗੇ ਚੱਲ ਪਏ, ਸਲਵਾਤ ਪੜ੍ਹ ਬੁਲੰਦ ਆਵਾਜ਼ ਦੇ ਨਾਲ। ਫਿਰ ਵੀ ਦਰੂਦ ਪੜ੍ਹ ਬੁਲੰਦ ਆਵਾਜ਼ ਦੇ ਨਾਲ। ਇਹ ਰਜਬ ਤੇ ਇੱਕ ਅਸੀਂ ਦੇ ਕੱਢ ਕੱਢ ਕੇ ਰੱਖੀ ਹੁੰਦੇ ਨੇ, ਤੇ ਮੈਂ ਉਹ ਪੜੂਆ ਅੱਜ ਇਹਨਾਂ ਦੀ ਮੰਨਣੇ ਆ। ਅੱਛਾ, ਇਹ ਸਪੀਕਰ ਬੰਦ ਹੀ, ਉਹ ਸਪੀਕਰ ਬੰਦ ਹੀ, ਉਹਨਾਂ ਦੱਸੇ ਮੈਂ ਤੈਨੂੰ ਕੁਝ ਨਹੀਂ ਆਖਿਆ। ਇੱਕ ਸਲਵਾਤ ਪੜ ਬੁਲੰਦ ਆਵਾਜ਼ ਨਾਲ। ਹਾਂ, ਵੱਤ ਹੁਣ ਇਹ ਛੋੜ ਤੇ ਉਸ ਉਹ ਕਸੀਦਾ ਮੌਲਾ ਹੁਸੈਨ ਅਲੈਹਿਸਲਾਮ ਦਾ ਕਸੀਦਾ।
ਤੇ ਇਹ ਬੈਠੇ ਜਿਹੜਾ ਪਹਿਲਾਂ ਆਪਣੇ ਖਾਨਦਾਨ ਚ ਛੀ ਹੋਏ ਤੇ ਹੁਣ ਸਾਰਿਆਂ ਦੇ ਉੱਤੇ ਇੰਨੇ ਹੱਥ ਫੇਰੀ ਜਾਂਦਾ ਇੰਨੇ ਯਾਲੀ ਯਾਲੀ ਫੱਤੋ ਵਾਣੇ ਚ ਪਹਿਲਾ ਛੀਆ ਪੁੱਤਰ ਸਾਡਾ ਮਾਲਕ ਜ਼ਿੰਦਗੀ ਅੰਦਰ ਆਜ ਫਰਮਾਵੇ ਤੇ ਦੁਆ ਦੁਆ ਮੌਲਾ ਹੁਸੈਨ ਇਹਦੀ ਫਰਮਾਇਸ਼ ਅਰਸ਼ਦ ਦੇ ਨਾ ਮੰਨਾ ਤੇ ਕਿਆ ਕਰਾਂ ਕਸੀਦਾ ਉਹੇ ਜਿਹਦੇ ਉੱਤੇ ਮੈਨੂੰ ਸੋਨੇ ਦਾ ਤਾਜ ਮਿਲਿਆ ਮੌਲਾ ਹੁਸੈਨ ਅਲੈਹ ਸਲਾਮ ਦੀ ਆਮਦ ਦਾ ਕਸੀਦਾ ਜੇ ਇਹਨਾਂ ਨੂੰ ਲੱਭ ਪਵੇ ਤਾਂ ਮੈਂ ਪੜੂਆਂ ਇਹਨਾਂ ਨੂੰ ਲੱਭੇ ਨਾ ਲੱਭੇ ਹਾਂ ਉੱਥੇ ਬਾਅਦ ਐਵਾਰਡ ਮਿਲਦੇ ਨੇ ਬੜੇ ਬੜੇ ਇਨਾਮ ਮਿਲਦੇ ਨੇ ਚੱਕ ਸਿੰਘ ਵਾਲੇ ਰਾਜੇ ਮਾਲਿਕ ਉਹਨਾਂ ਨੂੰ ਉੱਚੇ ਰੰਗ ਲਾਵੇ ਉਹ ਤਾਜ ਬਣਾ ਰੱਖਦੇ ਨੇ ਬਈ ਪੂਰੇ ਮੁਲਕ ਦੇ ਜ਼ਾਕਰ ਸੱਜਣੇ ਤੇ ਜਿਹੜਾ ਕਸੀਦਾ ਚੰਗਾ ਪੜ ਵਜੇ ਉਹਨੂੰ ਉਹ ਸੋਨੇ ਦਾ ਤਾਜ ਦਿੰਦੇ ਤ੍ਰੈ ਵਾਰੀ ਲਈ ਖਲੋਤਾ ਇਹ ਫਖਰ ਤੁਹਾਨੂੰ ਜੰਗ ਵਾਲੇ ਨੂੰ ਹੋਣਾ ਚਾਹੀਦਾ ਕਿ ਨਹੀਂ ਦੋ ਦਫਾ ਮੈਂ ਉਂਝ ਮਾਫ ਕੀਤਾ ਜੋ ਬੰਦੇ ਆਖਸਨ ਸਿਰਫ ਬਣਾਈਂਦੇ ਸ਼ਾਵਾ ਹਾਂ ਮੈਂ ਕਮੀਆਂ ਮੈਂ ਰਾਜ਼ੀ ਹਾਂ ਤੁਸੀਂ ਦੇ ਲਿਓ ਇਹ ਗੁੱਸਾ ਕਰਵਾਈ ਸਨ ਜ਼ਾਕਰ ਦਿਓ ਦਿਓ ਤੇ ਜੀ ਹਾਂ ਬਿਲਕੁਲ ਇੰਨੇ ਬਈ ਉਹ ਹਰ ਕਿਦਾਈ ਹਰ ਕਈ ਆਖਿਆ ਮੈਂ ਕਸੀਦਾ ਕਿਹੜਾ ਪੜਿਆ ਬਈ ਤਿੰਨ ਸ਼ਾਬਾਨੇ ਮੌਲਾ ਹੁਸੈਨ ਅਲੈਹ ਸਲਾਮ ਦੀ ਆਮਦ ਅੱਛਾ ਮੈਨੂੰ ਤਾਂ ਹੁਣ ਪਤਾ ਲੱਗਾ ਹੈ ਜਿਵੇਂ ਸਾਨੂੰ ਆਪਣੇ ਪੀਰਾਂ ਦੇ ਨਾਂ ਸੋਹਣੇ ਲੱਗਦੇ ਨੇ ਉਹਨਾਂ ਨੂੰ ਵੀ ਚੰਗੇ ਲੱਗਦੇ ਨੇ ਮਤ ਕਹਿੰਦੇ ਪੀਰ ਨੂੰ ਕੁਝ ਆਖੋ ਨਹੀਂ ਤਾਂ ਆਪਣੇ ਪੀਰ ਨੂੰ ਅਖਾ ਬਾਸੋ ਹਰ ਕਈ ਨੂੰ ਆਪਣੇ ਆਪਣੇ ਪੀਰ ਪਿਆਰੇ ਨੇ ਤੇ ਇਹਨੇ ਝੋਲੀਆਂ ਚ ਆਈ ਆਓ ਤੇ ਆਖਿਆ ਸ਼ਾਲਾ ਉਦਾਈ ਵਜੋਂ ਜਿਹਦੇ ਪੀਰ ਵਜੀ ਲੜਾਈ ਝਗੜਾ ਨਹੀਂ ਕਰਨਾ ਨਾ ਸਖਤ ਸੁਣਦੇ ਹੋ ਨਾ ਇਸ਼ਾਰੇ ਸਮਝਦੇ ਹੋ ਭਾਈ ਮਜ਼ਾਰ ਇੱਥੇ ਗੱਲ ਮੁਕਾਇਓ ਕੱਲ ਮੈਂ ਬਹੁਤੋ ਸੁਣੀ ਮੌਲਵੀ ਸੁਣੇ ਮੈਂ ਬੋਲੋ ਸੇਵ ਕਰ ਲਿਆ ਅੱਗੇ ਖੜੀ ਗਈ ਮੈਂ ਉਸ ਆਖਿਆ ਬੰਦੇ ਸਾਰੇ ਇਮਤਿਹਾਨ ਦੇ ਕੇ ਕਈ ਜੰਨਤ ਪਵੈਂਦੇ ਹੋ ਸਨ ਤੇ ਕਈ ਜਹਨਮ ਉਸ ਤਾਂ ਆਖਿਆ ਬਈ ਜਹਨਮ ਪਵੈਂਦੇ ਹੋ ਸਨ ਬੰਦੇ ਉਸ ਆਖਿਆ ਮੌਲਵੀ ਮੇਰਾ ਥੋੜ੍ਹਾ ਜਿਹਾ ਹੋਰ ਵੀ ਹਿਸਾਬ ਉਸ ਆਖਿਆ ਤੇ ਅੱਲਾ ਆਖਸੀ ਫਰਿਸ਼ਤਿਆਂ ਨੂੰ ਰੋਕ ਲੋ ਇਹਨੇ ਅਭੀ ਇੱਕ ਸਵਾਲ ਬਾਕੀ ਹੈ ਉਹ ਪੈਦਨ ਬਈ ਉਹ ਸਵਾਲ ਜਿਹੜਾ ਆਉਣਾ ਉਹ ਵਿਲਾਇਤ ਅਲੀ ਅਲੈਹ ਸਲਾਮ ਦਾ ਸੁਣੀ ਮੌਲਵੀ ਬੈਠਾ ਦਾ ਉਹ ਪੁੱਛਣ ਕਿਆ ਅਲੀ ਨੂੰ ਜਾਣਦੇ ਹੋ ਤੇ ਉਹ ਜਿਹੜੇ ਆਖਸਨ ਅਲੀ ਤਾਂ ਸਾਡਾ ਪੀਰ ਹੈ ਉਹ ਆਖਸਨ ਤੂੰ ਇੱਦੇ ਵਾਂਝੀ ਦੇ ਤੇਰਾ ਕੰਮ ਕੋਈ ਨਹੀਂ ਤੇ ਜਿਹੜਾ ਆਖਸੀ ਮੈਂ ਨਹੀਂ ਜਾਣਦਾ ਇਹ ਮੂੰਹ ਦੇ ਬਾਹਰ ਆਖਸਨ ਵੜਕਿਆਂ ਕੋਲ ਲਗਾ ਜਾ ਇਹ ਨਹੀਂ ਲਗਾ ਵਾਂਝੇ ਵੜ ਗਿਆ ਜੇ ਤਰਾ ਸ਼ਬਾਨ ਦੇ ਨੇ ਜ਼ਿਕਰ ਮੈਂ ਇਹ ਪੜਿਆ ਯੇ ਜ਼ਮੀ ਸਜਦੇ ਮੈਂ ਹੈ ਅਰਸ਼ੇ ਉਲਾ ਸਜਦੇ ਮੈਂ ਹੈ ਵਾਹ 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 ਯੇ ਜ਼ਮੀ ਸਜਦੇ ਮੈਂ ਹੈ ਅਰਸ਼ੇ ਸਜਦੇ ਮੈਂ ਹੈ ਅਰਸ਼ੇ ਉਲਾ ਸਜਦੇ ਮੈਂ ਹੈ ਯੇ ਜ਼ਮੀਨ ਸਜਦੇ ਮੈਂ ਹੈ ਅਰਸ਼ੇ ਵਾਹ 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 ਵਾਹ
ਦੀ ਹੈ। ਸ਼ੇਰਪੁਰ ਸਾਹਿਬ ਜਿੱਥੇ ਕਹਿੰਦੀ ਆਦਤ ਪੱਕੀ ਹੋਈ ਹੋਵੇ ਉੱਥਾਂ ਹੀ ਹੁੰਦਾ ਜਿਵੇਂ ਉਸਤਾਦ ਹੋਰ ਸੁਣਦੇ ਹਨ ਬਈ ਫੌਜੀ ਪੈਨਸ਼ਨ ਪਾ ਕੇ ਆ ਗਿਆ ਘਰ ਅਤੇ ਉਹ ਤੰਦੂਰ ਤੂੰ ਰੋਟੀਆਂ ਅਤੇ ਹੋਟਲ ਤੂੰ ਸਾਲਣ ਅਤੇ ਚਾਹੀਏ ਮਹੱਲੇ ਦੇ ਛੋਰ ਪੁੱਛਿਆ ਬਾਬੂ ਜੀ ਕੀ ਚਾਹੀਦਾ ਚੱਲ ਚੱਲ ਤੂੰ ਕੌਣ ਹੈ ਮੈਂ ਜਿਹੜੀ ਸੱਚਾਈ ਵਧਾ ਛੋਰ ਐਂ ਮੂੰਹ 'ਤੇ ਹੱਥ ਫੇਰਿਆ ਭਾਵੇਂ ਉਹਦੀ ਦਿਹਾੜੀ ਕਾਹੀ ਨਹੀਂ ਉਸ ਆਖਿਆ ਜੀ ਤੂੰ ਮੈਨੂੰ ਜਿਣਕ ਤਾਂ ਦਿੱਤੀ ਹੈ ਜੀ ਇਹ ਖਾ ਗਿਓ ਤਾਂ ਮੇਰਾ ਪਿਓ ਤੂੰ ਹੈ ਉਹ ਅਗਲੇ ਚੌਕ 'ਚ ਲੁੱਕ ਖਲੋਤਾ ਅਤੇ ਜਿਸ ਵੇਲੇ ਸਮਝਸ ਫੌਜੀ ਨੇੜੇ ਆ ਗਿਆ ਉਸ ਕਿਹਾ ਟੈਨਸ਼ਨ ਉਹ ਹਿਲਿਆ ਹੀ ਗਰੀਬ ਪਰੇਡ ਕਰ ਕਰਕੇ ਸਾਲਨ ਵਹਿੰਦਾ ਕੀਤਾ ਭਾਈ ਆ ਤੈਂ ਮੈਨੂੰ ਆਖਿਆ ਥੱਕੋਇਆ ਅਸਾਂ ਬੜੇ ਖੁੰਦਕੀ ਹੋਨੇ ਹੋ ਇਹ ਖਰਚ ਨਹੀਂ ਹੁੰਦੇ ਜਿਹੜੇ ਮੈਂ ਰੱਖੀ ਖੜੋਤਾ ਮੈਂ ਤੈਨੂੰ ਦੱਸੂਆ ਅੱਛਾ ਪਹਿਲੀ ਮੁਬਾਰਕ ਉਸ ਹਿਲੋ ਉੱਚੇ ਪੜ੍ਹਨ ਦੇ ਭਾਵੇਂ ਮੈਨੂੰ ਥਕਾਨ ਭੁਲਾਉਣੀ ਪਾਉਂਦੀ ਪਹਿਲੀ ਮੁਬਾਰਕ ਆਕਾ ਹੁਸੈਨ ਅਲੈਹਿਸ ਸਲਾਮ ਦੀ ਆਮਦ ਦੀ ਆਕਾ ਮੁਹੰਮਦ ਮੁਸਤਫਾ ਨੂੰ ਮਿਲੀ ਮੇਰੇ ਲਫ਼ਜ਼ ਹੀ ਸੁਣਨੇ ਬਈ ਕਿਵੇਂ ਪੜ੍ਹੀਂਦੇ ਬੰਦੇ ਇੰਝ ਨਾ ਸਾਈਆਂ ਦੇ ਚਾਹ ਛੁੜੇ ਦੇਣ ਜਿਵੇਂ ਰਈਅਤ ਦੇ ਹੀ ਨਾ ਬੰਦਾ ਨਹੀਂ ਚਾਹ ਸਕਦਾ ਮੈਨੂੰ ਗੁੱਸਾ ਲੱਗਦਾ ਭਾਵੇਂ ਕੋਈ ਹੋਵੇ ਪੜ੍ਹਨ ਵਾਲਾ ਕੋਈ ਹੋਵੇ ਮੈਨੂੰ ਕਾਵੜ ਲੱਗਦੀ ਪਈ ਅਦਬ ਨਾਲ ਇਹਤਰਾਮ ਨਾਲ ਨਾ ਚਾਹ ਬਹਰਹਾਲ ਅੱਛਾ ਆਕਾ ਨੂੰ ਇਤਲਾਹ ਮਿਲੀ ਹੁਸੈਨ ਬਾਦਸ਼ਾਹ ਆ ਗਏ ਸਭ ਤੋਂ ਵੱਡੀ ਖੁਸ਼ੀ ਹੋਈ ਆਕਾ ਮੁਹੰਮਦ ਮੁਸਤਫਾ ਨੂੰ ਸਰਕਾਰ ਮਸਜਿਦ ਨਬੀ ਜੀ ਟੁਰੇਨ ਮੈਂ ਮੰਜ਼ਰ ਕਸ਼ੀ ਕਰਨਾ ਚਾਹਨਾ ਕਿਸ ਰੰਗ ਨਾਲ ਟੁਰੇਨ ਬਾਈ ਬਿਸਮਿਲ੍ਲਾ ਜ਼ਿੰਦਗੀ ਅੱਛਾ ਬਛੜਾ ਮੇਰਾ ਨਿਆਜ਼ ਰੱਖ ਗਿਆ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਬਈ ਫਤੋ ਵਾਣੇ 'ਚ ਪਹਿਲਾ ਬੰਦਾ ਸ਼ਿਵ ਹੈ ਅਤੇ ਇੰਝ ਮੰਨਿਆ ਜੋ ਸਾਈਆਂ ਸਿੱਧਾ ਉਦਾਈ ਕਰਬਲਾ ਬੁਲਾਇਆ ਹੋਇਆ ਇਹਦੀ ਨੌਕਰੀ ਉਦਾਈ ਲੱਗ ਗਈ ਕੀ ਸਮਝਦੇ ਨੇ ਬੰਦੇ ਇੱਥੋਂ ਮੰਨਣਾ ਚਾਹੀਦਾ ਹਾਂ ਜਿੰਨਾ ਕਰਬਲਾ ਡਿੱਠਾ ਹੀ ਕਦੀ ਨਾ ਤੇ ਸੋਚਿਆ ਹੀ ਕਦੀ ਨਾ ਹੁਣ ਇਹਦੇ ਮੂਮਿਨ ਹੋਣ ਨਾਲ ਉਹ ਹੀ ਕਰਬਲਾ ਜੋ ਲੱਭਣ ਮੈਨੂੰ ਬੜਾ ਕਰੀਮ ਹੈ ਹੁਸੈਨ ਬਾਦਸ਼ਾਹ ਇਤਲਾਹ ਮਿਲੀ ਹੁਸੈਨ ਬਾਦਸ਼ਾਹ ਆ ਗਏ ਹੁਣ ਆਕਾ ਮੁਹੰਮਦ ਮੁਸਤਫਾ ਤਾਂ ਜਾਣਦੇ ਨਾ ਹੁਸੈਨ ਕਿਆ ਹੈ ਸਰਕਾਰ ਮਸਜਿਦ ਚੋਂ ਕਿਸ ਰੰਗ ਟੁਰਨ ਬਈ ਸੁਭਾਨ ਅੱਲਾ ਅੱਛਾ ਜਿੱਥੇ ਮਜਲਿਸ ਹੁੰਦੀ ਪਈ ਨਾ ਅੱਜ ਇਸ ਜ਼ਮੀਨ ਦਾ ਸ਼ਾਨ ਉਸ ਪਹਿਲੇ ਰਕਬੇ ਨਾਲ ਬਹੁਤ ਜ਼ਿਆਦਾ ਹੀ ਮੈਂ ਇਹਨਾਂ ਅੱਖਾਂ ਨਾਲ ਪੜ੍ਹੇ ਉਹ ਜ਼ਮੀਨ ਫਖਰ ਕਰਦੀ ਜਿਹਦੇ ਤੇ ਮੌਲਾ ਹੁਸੈਨ ਅਲੈਹਿਸ ਸਲਾਮ ਦਾ ਆਜ਼ਾਦ ਆਰਬਾਦ ਹੈ ਉਸ ਪਹਿਲੀ ਜ਼ਮੀਨ ਨਾਲੋਂ ਇਸ ਜ਼ਮੀਨ ਦਾ ਸ਼ਾਨ ਜ਼ਿਆਦਾ ਹੀ ਜਿਹਦੇ ਉੱਤੇ ਮਸਜਿਦ ਬਣੀ ਖਲੋਤੀ ਕਰਬਲਾ ਇੱਕ ਜੰਗਲ ਹੈ ਵਹਿਰਾਨ ਉੱਥੋਂ ਬੰਦਾ ਲੰਘ ਨਹੀਂ ਸਕਦਾ ਜਿਹੜਾ ਲੰਘੇ ਉਹਨੂੰ ਤਕਲੀਫ ਮਿਲੀ
نبی ولی اتھو زخمی ہو کے ٹورے مولا حسین علیہ السلام آئن تے شعبان نو اطلاع ملی کربلا اطلاع ملی او آگے حسین آگے آ میں تینو شیر سنا وا اطلاع ملی تے ہویا کیا ہے بھائی داشت کی کتنے تساں داد دسو مینو اس شیر تے جڑا میں ہن پڑھن لگا بزرگو او مسجد ایک گھر سیدان دا اتھو ٹورن پاک رسول اتھو دروازہ ہی سیدان دا مسجد اچ کھلدا ہی دروازہ سیدان دا باقی اللہ بند کرا چھوڑیا اے کئیاں لکیویں ہوندن تے کئیاں لکیویں ہوندن بند کر اے پاکن انہاں دے نیڑے رچ آ ہی نہیں سکدا اے جس لے آون پے آون پے جی جنہاں دے دروازے بند ہوئے تے جنہاں دا دروازہ کھلا رہے کوئی فرق تا سمجھ ہی صحیح نہ کیڑا فرق ہے آقا محمد مصطفیٰ کالی کملی والا بادشاہ اللہ دا محبوب نبیاں دا سلطان اچانک سجدہ تے دید پئی جھولی مولا حسین علیہ السلام منظر کشی کرنا چاہنا پھر ہویا کیا بھائی گود زہرا میں جو دیکھا جا میں نے توحید کو بسم اللہ کرا بسم اللہ بسم اللہ بسم اللہ ہاں بھاگو گود زہرا میں جو دیکھا جا میں نے توحید کو واہ 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 سائی کڈو جو اے دی دوسری سطر تسا سننی کیا بات ہے بابا جی کیا کہنے سائی تسا تے کڈی بیٹھے ہو سو اچھا پھر سنا بھائی گود زہرا جس شیر تے تمغا ملے آئی تے میں پتہ نہیں کتنی دفعہ ایو پڑھیا تے ایتھا ہی مک گیا حالانکہ قصیدے اساں پتہ نہیں کتنے لے گیا سے بھائی اے پڑھسا کم نہ بنیا تے دو پڑھسا اون بعد تری پڑھسا چوتھا پڑھسا بنا کرے نا پیپر دے ون ونجے اے شیر دے تے گل مک گئی تے اگا سانو کہے نہ پڑھا دتا اساں ایو پڑھدے ہاں ٹر گئے تے او گیٹ تائیں پڑھدے گئے یا علی گل مک گئی اعلان ہو گیا انہیں آخیا باقی پڑھ لے ہو تے گل ایوارڈ والی چھوڑو او شاہ لائے گیا تمغا جدو تے ملے او شیر ترائے شابان آقا حسین علیہ السلام دی آمد عرشی فرشی خوشن سجدے میں ہے سجدے میں ہے انوکھا سجدہ سجدہ تو پتہ نہیں کیویں
रंग अनोखे च पड़िया गया। तीन शबान जहन च रख ते शेर सुन भाई आमद शाबीर पाए कितना हसी मंजर बना अच्छा थोड़ी दुआ नाल साडा घंटा तो मुक गया ते मौला गवाए मेरे अजन तबीयत हुण पई बनदी शरीकानू अग लग गई अग लग गई शरीकानू अग लग गई अग लग गई शरीकानू अग लग खुमे गदीर गदीर च खुमे गदीर च खुमे गदीर च खुमे पाक नबी दस्तारी अपनी लहा भीरानू बधा शरीकानू अग मेरे बुजुर्ग आदेन आप बनाई हुक्म अल्लाह दा होए वो सिर्फ असा नहीं मनिया वो भी मनी बैठे नहीं अगले दे मैं ओनू सुने मनी बैठे ओजा क्या जिड़ी पग नबिया दे सुल्तान दे सर ते आई ओजा क्या मैं हल्फा नाना नबी ने ओ अली नू बनाइए मैं आख्या तय अगली गल नहीं दसी जिन्हें बधाई है ओ मैं दसना एक कवल ते ऐसा पढ़िया थरवर ने कुराने ओ ठीक होया ही कुछ ओ ठीक होता वैं दे हो गई पढ़िया थरवर ने कुराने एक कवल ते ऐसा पढ़िया थरवर ने कुराने इन बधी दस्ता नबिया वाली जन इमरानी इन बधी दस्ता नबिया वाले जन इमरानी हाँ डिट्टा खुदाई खुदाई डिट्टा ਉੱਚੀ ਜਗ੍ਹਾ ਤੇ ਚੜ ਕੇ ਨਬੀ ਨੇ ਦਿਖਾਈ ਅਲੀ ਦੀ ਕਲਾ ਸ਼ਰੀਕਾਂ ਨੂੰ ਅੱਗ ਬਿਸਮਿਲਲਾ ਵਾ 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 ਬਿਸਮਿਲਲਾ ਹੈ ਕਰੀਏ ਸਦਾਵਾ ਮੰਗੀਏ ਬੱਚੇ ਨਬੀ ਦਾ ਘਰ आवे इमामे जमाना करिए सदावा मंगिए दुआवा बसे नबी दा घराना आवे इमामे जमाना करिए सदावा मंगिए दुआवा बसे नबी दा घराना आवे इमामे जमाना कदम कदम ते शाला हो भी खै सज्जाद दी भेड़
ਮਾਸੂਮਾ ਕੋ ਕਈ ਇਹ ਜਈ ਮਾਤ ਹੈ ਆਈ ਕਿਵੇਂ ਆਈਏ ਕਹਿ ਜ਼ਾਲਮ ਇਹਦੇ ਦੁਰੇ ਲਹਲੇ ਕਹਿ ਘੋੜਿਆ ਨਾਲ ਨਾਲ ਟੁਰਾ ਆਦਾ ਪਿਆ ਰਹੀਏ ਸਾਰੀ ਆ ਜ਼ਿੰਦਗੀ ਕਿਤਨੀ ਜ਼ਿੰਦਗੀ ਆਈ ਚਾਰ ਸਾਲ ਅਸ਼ਮਰ ਤੂੰ ਡਰਦੀ ਜੈ ਝਿੜਕਾ ਨਾਲ ਡਰਾਈ ਸਜਾਦ ਆਦ ਹੈ ਮੈਂ ਕੋ ਨਹੀਂ ਭੁੱਲਦਾ ਜਿਵੇਂ ਸ਼ਾਮ ਦੇ ਵਿੱਚ ਦਫਨਾਏ ਬਿਸਮਿਲਾ ਬਲਾ ਉਹਨੇ ਸੈਨ ਰਾਜੀ ਉਹਨੇ ਇੱਕੋ ਜੁਮਲਾ ਪੜ੍ਹਨੇ ਲੰਬਾ ਨਹੀਂ ਪੜ੍ਹਦਾ ਪਰ ਸੁਣੋ ਮੇਰੇ ਬਾਤ ਹਾਂ ਠੀਕ ਇੱਕ ਜੁਮਲਾ ਸੁਣੋ ਇਤਨਾ ਰੁਨੀ ਏ ਸ਼ਾਮ ਵਿੱਚ ਉਸ ਜ਼ਿੰਦਾਨ ਵਿੱਚ ਜਿੰਦੀ ਨਾ ਛੱਤ ਹਾਈ ਨਾ ਦਰਵਾਜ਼ੇ ਮੁੱਕ ਚੁੱਕੀ ਆਈ ਪਾਣੀ ਜਿਸਮ ਚੋਂ ਸੁੱਕ ਚੁੱਕਾ ਹੈ ਹੱਡੀਆਂ ਨੂੰ ਗੋਸ਼ਤ ਛੋੜ ਚੁੱਕਾ ਹੈ ਖਾਬ ਵਿੱਚ ਪਿਓ ਮਿਲਿਆ ਖਾਬ ਆਈ ਮਿੱਟੀ ਤੇ ਸੁੱਤੀ ਹੋਈ ਹੈ ਨਾ ਬਿਸਤਰ ਤੇ ਕੋਈ ਨਹੀਂ ਅੱਖਾਂ ਬਾਂਧਣ ਬਾਵਾ ਖੋਲ ਕੇ ਦਰ ਵਾਲੇ ਪਾਸੇ ਟੁਰ ਪਈ ਬਾਬਾ ਕੱਲਾ ਨਾ ਵੰਨੀ ਮੈਂ ਨਾਲ ਆਉਣਾ ਸ਼ਰੀਕਤੁਲ ਹੁਸੈਨ ਚਾਹ ਕੇ ਹਾਂ ਦੇ ਨਾਲ ਮਾਸੂਮਾ ਉਹ ਤਾਂ ਤੇਰਾ ਗਰੀਬ ਬਾਬਾ ਜਿਹਦੀ ਲਾਸ਼ ਤੇ ਘੋੜੇ ਭੱਜਦੇ ਡਿੱਠੇ ਨੀ ਫੁੱਫੀ ਅੰਮਾ ਸੱਚ ਫਰਮਾਇਆ ਨੇ ਲੇਕਿਨ ਸੱਚੇ ਪਿਉ ਦੀ ਧੀਆ ਇਹ ਹੁਣ ਮੈਂ ਡਿੱਠੇ ਬਾਬਾ ਮੈਨੂੰ ਝੋਲੀ ਚਾਹ ਕੇ ਪਿਆਰ ਕਰਦਾ ਰਹੇ ਮੇਰੇ ਰੁਖਸਾਰ ਚੁੰਮਦੇ ਰਹੇ ਮੈਂ ਉਹਨਾਂ ਦੇ ਜ਼ਖਮ ਤੋਂ ਖੂਨ ਸਾਫ ਕੀਤਾ ਮੈਂ ਆਖਿਆ ਨਾ ਲਾਉਣੇ ਉਹਨਾਂ ਫਰਮਾਇਆ ਆਇਆ ਹੀ ਗਿਣਨਾ ਤੁਸੀਂ ਜਾਣਦੇ ਹੋ ਫੁੱਫੀ ਮੇਰਾ ਬਾਬਾ ਵਾਅਦਿਆਂ ਦਾ ਸੱਚਾ ਹੈ ਹੁਣ ਕੱਲਾ ਨਾ ਵੰਜੇ ਮੈਂ ਨਾਲ ਵੰਜਣਾ ਸਾਰੇ ਪਰਦੇਦਾਰਾਂ ਸਮਝ ਲਿਆ ਜੋ ਇਹ ਆਖਰੀ ਖਾਬ ਹੈ ਪਿਉ ਦੀ ਜ਼ਿਆਰਤ ਹੋ ਗਈ ਮਾਸੂਮਾ ਕਹਿਦਿਨ ਸਾਡਾ ਸਾਥ ਛੁੜੇਂਦੀ ਜ਼ਿੰਦਾ ਨੱਚ ਵੈਣ ਆਲੀਅਨ ਦੀ ਨੁਹਾਨ ਨਾ ਲਾਇਆ ਦੁਆ ਮੰਗ ਕੇ ਸਮਾਇਆ ਤਹੇ ਪਰ ਸ਼ਾਮ ਹਲ ਗਈ ਯਜ਼ੀਦ ਦੇ ਸਿਪਾਹੀ ਐ ਸੱਜਾ ਤੇਰੀ ਭੇਣ ਰੋਵੇ ਸਯਾਦਾ ਦੇ ਕਿਵੇਂ ਰੋਕਾਂ ਉਹ ਭੇਣੇ ਮੈਂ ਭਿਰਾ ਨਾਲੇ ਰੋਂਦੀ ਆਪਣੇ ਬਾਬੇ ਨੂੰ ਏ ਕੋਈ ਕਾਨੂੰਨ ਦਿਖਾਇਓ ਕਦੀ ਕਹਿੰਦੀਆਂ ਨੂੰ ਰੋਕਿਆ ਆਦਨ ਸੱਜਾ ਜੇ ਤਈ ਉਹ ਚੁੱਪ ਨਾ ਕਰੇ ਸੀ ਅਸਾਂ ਤੇਰੀ ਕੰਡ ਤੇ ਜ਼ੁਲਮ ਕਰ ਸੈ ਕਲਮ ਤੇ ਤਹਿਰੀਰ ਤੇ ਖੂਨ ਸੁਣਦੇ ਹੋ ਅਦਬ ਤੋਂ ਪੜਦੇ ਨੇ ਭਲਾ ਉਹਨੇ ਲੇਕਿਨ ਮੈਂ ਦੱਸਿਆ ਪਿਆ ਗੱਲ ਕਹਿ ਦੀਦੀ ਇੰਜ ਹੁੰਦੀ ਨਾ ਤੇ ਫਤਮਾ ਹੋਰ ਨਾ ਪੜਾ ਚੁੱਕੇ ਸਜਾਦ ਮੁੱਲ ਹੈ ਤਾਂ ਪੁੱਤਰ ਨਾ ਭਾਵੇਂ ਜੇ ਦਾ ਨਫੀਸ ਆਈ ਤਹਿਰੀਰ ਕਰਨ ਲੱਗਿਆ ਨਾ ਕਲਮ ਪਕੜਨ ਨਾਲ ਹੱਥਾਂ ਤੇ ਛਾ ਲਿਆ ਲੈਂਦੇ ਉਸ ਜ਼ੈਨੁਲ ਆਬਦੀਨ ਨੂੰ ਸ਼ਾਮੀ ਤਾਜ਼ੀਆਂ ਨੇ ਮਰੇ ਨੇ ਤੇਰੀ ਭੇਣ ਨਾ ਰੋਵੇ ਸਯਦਾ ਦੇ ਇੱਕ ਵਾਰੀ ਮੈਨੂੰ ਬਾਬੇ ਦੇ ਸਰ ਮੰਗਾ ਦਿਓ ਵਾਦਾ ਕਰੇ ਨਾ ਨਾ ਹੋਸੀ ਨਾ ਰੋਸੀ ਯਜ਼ੀਦ ਨੂੰ ਦੱਸੇ ਨੇ ਉਹਨਾਂ ਸਰ ਦਿੱਤੇ ਸਿਪਾਹੀ ਸਰ ਚਾਈ ਆਂਦੇ ਪਤਾ ਨਹੀਂ ਕਿਵੇਂ ਚਾਈ ਆਂਦੇ ਮੈਨੂੰ ਨਹੀਂ ਪਤਾ ਮੈਨੂੰ ਇਹ ਪਤਾ ਹੈ ਜਿਹੜਾ ਗੱਲ ਤੌਕ ਆਈ ਨਾ ਉਹਦਾ ਵਜ਼ਨ ਬਹੁਤ ਜ਼ਿਆਦਾ ਹੀ ਮਨਾਂ ਦੇ ਹਿਸਾਬ ਵਧਣ ਆਈ ਕਿਉਂਕਿ ਮੈਂ ਕੋਲ ਕੋਈ ਨਾ ਜਿੰਨਾ ਲਿਖਿਆ ਉਹ ਵੀ ਕੋਲ ਕੋਈ ਨਾ ਮੈਂ ਤਾਂ ਝੂਠ ਬਣਨੀ ਤਾਂ ਮੈਂ ਇਤਜਾਤਨ ਇਨ ਪੜਦਾ ਅੱਛਾ ਪੈਰਾਂ 'ਚ ਬੇੜੀਆਂ ਹੱਥਾਂ 'ਚ ਕੜੀਆਂ ਗੱਲ 'ਚ ਏਡਾ ਵਜ਼ਨੀ ਤੌਕ ਆਈ ਜੋ ਇਨ ਟੁਰਦਿਆਂ ਨਹੀਂ ਉਹ ਸਿੱਧਾ ਨਹੀਂ ਹੋ ਵੰਡੇਂਦਾ ਹੁਣ ਤੁਹਾਨੂੰ ਸਮਝ ਆ ਗਈ ਸੀ ਤੇ ਭਾਵੇਂ ਸੁਣੀਏ ਤੇਰੀ ਆਪਣੀ ਕਿਸਮਤ ਦੀ ਗੱਲ ਹੈ
मैं तेरा मजहब नहीं चेंज कर सकता। मैनू इो पता है जिनू करिया बेड़िया टुरन दे दिया वो भजन लग गई है। आदा सिपाहिया तू नचा बाबा ही मैं डह जांदा ही मैं तेनू केड़ा पता सर किवें जमना। सचके बिस्मिल्लाह बिस्मिल्लाह हौसले नाल कड़िया ले हथ ते पीऊ दा सर झलेस। हुण मैं एक एक लफ जिवें इन्ना अखां नाल पढ़े तेनू ओ सुनावें लगा। ए इमाम दा सर इथू कटिया ये तरतीबी बाद च करेंदे रहन चूंकि बेतरतीबी गर्दन कटी है इन्हें शिमर कई तलवार किथाई ते कई किथाई ते कई किथाई दरबार च उस गए उन्हें के इन क्यों है ते जालिम के मैं ठीक कर देना आवन त दे बार वेन वसा एक एक जालिम को बदले लेने जी मैं पढ़े इमाम ने पुत्र दसा इमाम ने जैनुल आबदीन ने पियो दा सर हथ हथ दिठा सजे दिया जुल्फा खबे खबे दिया सजे दे दे रवे जा तू सर जख्मी ए होंदी पेशानी। एक तीर दा तो तुहानू पता है ना जदा अली अकबर दे लाश नू वेखण लगे हैं ते जालिम पेशानी च मारे इत्थे कोई एक तीर लगवे बहु जख्मी है पेशानी। ए होंदे अबरू ए दोवें कटे होए ए अखां ए नूठी होइयां ए होंदे रुखसार जिथे पाक मुहम्मद पाक बतूल मौला अली बोसे देंदे हैं ए जख्मी ए हिन लब ए दोवें जख्मी ए हिन दान ए दंदान ने मुबारक इमाम दे जख्मी। अच्छा ए दाढ़ी ते अली अकबर दा खून ए अली असर दा खून ए कटियों रगा दा खून खुश के पियो दे पास दे के सैयद साजरीन दा बाबा कैदी पुत्र दा सलाम मजलूमे करबला दे लभलन सजाद मेरा ही सलाम बाबा मेरा सलाम सैयद साजदीन फरमेंदन मेरा सलाम आका हुसैन ले सलाम फरमेंदन मेरा सलाम ते तबीयत दा के हाल है बाबा निबदी वदिए मेरे बाके दा के हाल है पास नाल आवाज है दादा निभैदा वदा सैयद दादा ते मरियम भेणा दी किवें पई निबदी है सैयद साजदीन फरमेंदन बाबा वत अखां खोल मेरा चेहरा देख सारी तारीख मेरे चेहरे ते लिखी हुई है इमाम दिठा ते 23 साल दा पुत्र अज बुढ़ा होया खड़ा है सैयद दा जवानी है ज़ईफ हो गई है आवाज दा बाबा करबला तू सही ता ज़ईफ हो गया है सैयद दा मत अकबर दे सीने चुने दा कढे आई नेदे दे नाल मेरे अकबर दा जिगर आ गया है प्यू दी डाली जम क्या दे तू सा पुत्र दा जिगर दिठा ज़ईफ हो गया मैं मां बाजार जे दुर्दी दी थी बेगैरत पत्थर मार के आ देन बागी दी भेड़।